मोहाली के हलका डेरा बस्सी में इंडस्ट्री एरिया होने के कारण पोल्यूशन के कारण हालत बद से बदतर होते जा रहे हैं। इस इलाके में मौजूदा केमिकल और दवाई फैक्ट्रियों द्वारा खतरनाक वेस्ट बरसाती नालों और नदियों में डाला जा रहा है, जिससे डेरा बस्सी इलाके के आसपास के करीब सभी गांवों का जमीनी पानी खतरनाक हद तक केमिकल युक्त हो चुका है। इसके विरोध के चलते पंजाब कांग्रेस के जनरल सेक्रेटरी मनप्रीत सिंह बन्नी संधु द्वारा पोल्यूशन का रावण जलाया गया, जिसमें आसपास के गांवों के काफी लोग एकत्रित हुए। उन्होंने पंजाब सरकार और हलका विधायक एन के शर्मा के खिलाफ जबरदस्त नारेबाजी की और आरोप लगाया कि फैक्ट्री मालिक हलका विधायक की शह में ये सब कर रहे हैं। दसो भी किन्नी ज्यादा इतने स्मेल है, ਤੁਸੀਂ ਇੱਥੇ 4 ਮਿੰਟ ਖੜੇ ਨਹੀਂ ਹੋ ਸਕਦੇ। ਸਾਢੇ 4 ਸਾਲ ਹੋ ਗਏ ਨੇ ਇਸ ਸਰਕਾਰ ਨੂੰ। ਇਹ ਜਿਹੜਾ ਅੱਜ ਦਾ ਧਰਨਾ ਮੈਂ ਲਾਇਆ ਸੀਗਾ, ਇਹ ਸਿੰਬੋਲਿਕ ਧਰਨਾ ਹੈਗਾ। ਇਹਦੇ ਵਿੱਚ ਚਿੱਟਾ ਕਾਲਾ ਰਾਵਣ ਪੋਲਿਊਸ਼ਨ ਦਾ ਅਸੀਂ ਜਲਾਇਆ ਹੈਗਾ। ਕਾਲਾ ਰਾਵਣ ਜਿਹੜਾ ਹੈਗਾ ਇਹ ਸਿੰਬੋਲਿਕ ਹੈਗਾ ਨਰਿੰਦਰ ਕੁਮਾਰ ਸ਼ਰਮੇ ਦੇ ਨਾਲ। ਐਨ ਕੇ ਸ਼ਰਮਾ ਸਾਢੇ 4 ਸਾਲ ਤੋਂ ਇਸ ਸਰਕਾਰ ਦਾ MLA ਨੁਮਾਇੰਦਾ ਹੈ ਲੋਕਾਂ ਦਾ, ਲੇਕਿਨ ਲੋਕਾਂ ਦੇ ਬਾਰੇ ਉਹਨੇ ਕੁਛ ਨਹੀਂ ਸੋਚਿਆ ਹੈਗਾ। ਮੈਂ ਐਨ ਕੇ ਸ਼ਰਮਾ ਨੂੰ MLA ਹੋਣ ਦੇ ਨਾਤੇ ਉਹਨੂੰ ਮੈਂ ਇਨਵੀਟੇਸ਼ਨ ਦਿੱਤਾ ਸੀਗਾ ਕਿ ਆ ਕੇ ਇੱਥੇ ਘੱਟੋ ਘੱਟ 4 ਘੰਟੇ ਬਹਿ ਕੇ ਤਾਂ ਦਿਖਾਵੋ। ਲੋਕ ਇੱਥੇ ਸਾਢੇ 4 ਸਾਲ ਤੋਂ ਜੀ ਰਹੇ ਨੇ, ਤੁਸੀਂ ਆਪ ਸੋਚੋ ਵੀ ਇਹਨਾਂ ਦੇ ਵਿੱਚ ਕੋਈ ਤਰਸ, ਕੋਈ ਸਿੰਪਤੀ, ਕੋਈ ਡਿਊਟੀ ਦੇ ਪ੍ਰਤੀ ਕੋਈ ਇਹਨਾਂ ਦਾ ਫਰਜ਼ ਨਹੀਂ ਹੈਗਾ। ਆਹ ਸਕੂਲ ਹੈਗਾ ਬੱਚਿਆਂ ਦਾ, ਛੋਟੇ ਛੋਟੇ ਬੱਚੇ, ਆਪਣੀ ਅਗਲੀ ਪੀੜ੍ਹੀ ਹੈ ਜਿਹੜੀ ਉਰੇ ਪੜ੍ਹਦੀ ਹੈ। ਮੈਂ ਕਹਿੰਦਾ ਇਹ ਟੈਸਟ ਕਰਾ ਲਵੇ, ਮੈਂ ਨਾਲ ਇੱਥੇ ਖੜ ਕੇ ਟੈਸਟ ਕਰਵਾ ਦਿੰਦਾ, ਇਹ ਮਸ਼ੀਨਰੀ ਲਿਆਵੇ, ਪੋਲਿਊਸ਼ਨ ਬੋਰਡ ਨੂੰ ਡਾਇਰੈਕਟ ਕਰੇ, ਇਹ ਲਿਆਵੇ। ਇਹ ਬੱਚੇ ਜਿਹੜੇ ਨੇ ਸਕੂਲਾਂ ਵਾਲੇ, ਇਹ ਬੱਚੇ ਪਤਾ ਨਹੀਂ ਕਿਹੜੀ ਕਿਹੜੀ ਜ਼ਹਿਰ ਰੋਜ਼ ਸਾਹ ਲੈ ਰਹੇ ਨੇ, ਇਹਨਾਂ ਦੇ ਸਾਹ ਦੇ ਵਿੱਚ ਕਿਹੜੀ ਕਿਹੜੀ ਜ਼ਹਿਰ ਜਾ ਰਹੀ ਹੈ। ਇਹਨਾਂ ਨੂੰ ਕੋਈ ਡਿਊਟੀ ਬਾਰੇ ਆਪਣੇ ਪਤਾ ਹੀ ਨਹੀਂ ਹੈਗਾ। ਐਨਕੇ ਸ਼ਰਮਾ ਯੂ ਸ਼ੁਡ ਨੋ ਕਿ ਇੱਥੇ ਹੋ ਕੀ ਰਿਹਾ, ਆਹ ਬੱਚਿਆਂ ਦਾ ਕੀ ਕਸੂਰ ਹੈ। ਛੋਟੇ ਛੋਟੇ ਆਪਣੀ ਅਗਲੀ ਜਨਰੇਸ਼ਨ ਹੈ, ਇਸ ਪੋਇਜ਼ਨਸ ਗੈਸ ਸਾਰਾ ਦਿਨ ਸਾਹ ਦੇ ਵਿੱਚ ਜਾ ਰਹੀ ਹੈ। ਸਰ ਇਹ ਜਿਹੜਾ ਆਪਾਂ ਨੇ ਅੱਜ ਕਾਲਾ ਰਾਵਣ ਫੁੱਕਿਆ, ਇਹਦੇ ਵਾਸਤੇ ਆਪਾਂ ਨੇ ਇਹ ਜਗ੍ਹਾ ਹੀ ਕਿਉਂ ਚੁਣੀ ਹੈ, ਕਿਉਂਕਿ ਪੋਲਿਊਸ਼ਨ ਤਾਂ ਸਾਰੇ ਹੀ ਏਰੀਆ ਦੇ ਵਿੱਚ ਹੈਗਾ ਤਕਰੀਬਨ। ਅਸੀਂ ਸਾਰੇ ਇਲਾਕੇ ਦੇ ਵਿੱਚ ਕਰਾਂਗੇ, ਸਿਰਫ ਇੱਥੇ ਨਹੀਂ, ਇਹ ਸ਼ੁਰੂਆਤ ਹੈ ਅੱਜ ਦੀ। ਇਸ ਤੋਂ ਬਾਅਦ ਅਗਲਾ ਪੁਆਇੰਟ, ਅਗਲਾ ਸਾਡਾ ਜੌਲਾ ਹੋਊ, ਜੌਲਾ ਪਿੰਡ ਹੈਗਾ, ਬਸੋਲੀ ਪਿੰਡ ਹੈ, ਜਿੱਥੇ ਬਸੋਲੀ ਦੇ ਵਿੱਚ ਜਿਹੜਾ ਚੋਹਾ ਵਗ ਰਿਹਾ ਉਹਦੇ ਅੰਦਰ ਲਾਲ ਪਾਣੀ ਹੈ। ਕੀ ਨਾਮ ਹੈ ਜੀ ਆਪਣਾ? ਬਹਾਦਰ ਸਿੰਘ ਝਰਮੜੀ। ਸਰ ਅੱਜ ਕੀ ਪ੍ਰੋਬਲਮ ਆ ਰਹੀ ਹੈ, ਉਹਦਾ ਕੀ ਕਾਰਨ ਸੀ? ਅੱਜ ਦਾ ਇਕੱਠੇ ਹੋਣ ਦਾ ਕਾਰਨ ਜਿਹੜਾ ਹੈ, ਇਲਾਕੇ ਦੇ ਵਿੱਚ ਪ੍ਰਦੂਸ਼ਣ ਫੈਲ ਚੁੱਕਿਆ ਹੈ, ਖਾਲਿਆਂ ਦੇ ਵਿੱਚ ਬਹੁਤ ਗੰਦਾ ਪਾਣੀ ਹੈ, ਇਲਾਕੇ ਦੇ ਵਿੱਚ ਮੱਖੀਆਂ ਹੈ, ਘਰਾਂ ਦੇ ਵਿੱਚ ਬੈਠ ਕੇ ਕੋਈ ਵੀ ਵਿਅਕਤੀ ਚਾਹ ਵੀ ਨਹੀਂ ਪੀ ਸਕਦਾ, ਇੰਨੀ ਮਾੜੀ ਨੌਬਤ ਹੈ, ਔਰ ਬਿਮਾਰੀਆਂ ਫੈਲ ਗਈਆਂ। ਮੇਰਾ ਖਿਆਲ ਹੈ ਵੀ ਇਸ ਇਲਾਕੇ ਚ ਤਾਂ ਲੈਣ ਤੋਂ ਪਾਰ ਜਿੰਨੇ ਵੀ ਪਿੰਡ ਹੈ, 50 ਤੋਂ ਵੱਧ ਮੌਤਾਂ ਜਿਹੜੀਆਂ ਹੈ ਕੈਂਸਰ ਦੇ ਕਾਰਨ ਹੋ ਚੁੱਕੀਆਂ। ਨਲਕਿਆਂ ਦਾ ਪਾਣੀ ਬਿਲਕੁਲ ਲਾਲ ਹੋ ਗਿਆ ਹੈ, ਪੀਣ ਯੋਗ ਬਿਲਕੁਲ ਨਹੀਂ ਰਿਹਾ ਹੈਗਾ। ਮੇਰਾ ਮਕਸਦ ਮੇਨ ਇਹ ਹੈ ਕਿ ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਥੋੜੀ ਦੇਰ ਹੁਣੇ ਸਾਨੂੰ ਇਹ ਗੱਲ ਕਹੀ ਹੈ ਕਿ ਸਾਹ ਲੈਣ ਚ ਪ੍ਰੋਬਲਮ ਆਉਂਦੀ ਹੈ। ਇੱਕ ਛੋਟਾ ਬੱਚਾ ਤਾਂ ਆਪਾਂ ਨੂੰ ਇਹ ਦੱਸ ਨਹੀਂ ਸਕਦਾ ਕਿ ਮੈਨੂੰ ਸਾਹ ਲੈਣ ਚ ਪ੍ਰੋਬਲਮ ਆ ਰਹੀ ਹੈ, ਕੀ ਆ ਰਹੀ ਹੈ। ਜੇ ਆਪਾਂ ਉਸ ਚੀਜ਼ ਨੂੰ ਦੇਖੀਏ ਕਿ ਜੇ ਸਾਨੂੰ ਪ੍ਰੋਬਲਮ ਹੈ ਤਾਂ ਬੱਚਿਆਂ ਨੂੰ ਕਿਉਂ ਨਹੀਂ ਪ੍ਰੋਬਲਮ? ਨਹੀਂ, ਬਿਲਕੁਲ ਹੋਏਗੀ, ਇਟ ਇਜ਼ ਬਟ ਨੈਚੁਰਲ ਜੀ ਹੋਏਗੀ। ਬਟ ਮੈਂ ਉਹਦੇ ਨਾਲ ਤੁਹਾਨੂੰ ਇੱਕ ਗੱਲ ਪਹਿਲਾਂ ਕਹੀ ਹੈ, ਦੈਟ ਇਜ਼ ਇਸ ਟਾਈਮ ਇੰਨਾ ਜ਼ਿਆਦਾ ਇਫੈਕਟ ਨਹੀਂ ਮਿਲੇਗਾ। ਮਾਰਨਿੰਗ ਆਵਰਸ ਮੈਂ ਤੁਹਾਨੂੰ ਕਹਿਆ ਨਾ, ਸ਼ਾਮ ਜਿਵੇਂ ਜਿਵੇਂ ਸ਼ਾਮ ਘਿਰਦੀ ਜਾਏਗੀ ਉੱਦਾਂ ਉੱਦਾਂ ਇਸ ਚੀਜ਼ ਦੀ ਜਿਹੜੀ ਸਮੈਲ ਦੀ ਪ੍ਰੋਬਲਮ ਹੈ ਜਾਂ ਹੋਰ ਹੈ, ਇਹ ਉੱਦਾਂ ਹੀ ਉੱਦਾਂ ਵੱਧਦੀ ਜਾਏਗੀ, ਸਪੈਸ਼ਲੀ ਔਨ ਕਲਾਉਡੀ ਡੇਜ਼। ਸਕੂਲ ਨੇ ਕੋਈ ਇਸ ਵਾਸਤੇ ਠੋਸ ਕਦਮ ਚੁੱਕੇ ਨੇ ਵੀ ਇਸ ਚੀਜ਼ ਨੂੰ ਰੋਕਿਆ ਜਾਵੇ? ਠੋਸ ਕਦਮ ਚੁੱਕਣ ਦੀ ਗੱਲ ਹੈ, ਟਾਈਮ ਟਾਈਮ ਅਸੀਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪ੍ਰੈਸ ਰਿਪੋਰਟਰ ਨਾਲ ਕੰਟੈਕਟ ਕਰਕੇ ਉਹਨਾਂ ਦੀ ਨੌਲੇਜ ਵਿੱਚ ਇਹ ਚੀਜ਼ ਲਿਆਂਦੀ ਗਈ। ਮਹਿਕਮੇ ਨੂੰ ਕਿਸੇ ਸੁਣੋ, ਉਹ ਸਕੂਲ ਵੱਲੋਂ ਦਿੱਤੀ ਗਈ ਕੋਈ ਨਹੀਂ, ਫਿਲਹਾਲ ਰਿਟਨ ਕੰਪਲੇਂਟ ਵੀ ਹੈ। ਵਿਜੇ ਜਿੰਦਲ, ਦਿਵਿਆ ਪੰਜਾਬ ਟੀਵੀ, ਮੋਹਾਲੀ।